ਕੈਪਟਨ ਸਰਦਾਰ ਅਮਰਿੰਦਰ ਸਿੰਘ ਜੀ ਸਾਡੇ ਚੀਫ ਮਿਨਿਸਟਰ ਰਹੇ ਨੇ ਮੈਂ ਉਹ ਤੋਂ ਲਗਾਤਾਰ ਹੀ ਉਹਨਾਂ ਨਾਲ ਐਜੇ ਨੌਕਰੀ ਤੋਂ ਵੀ ਜੁੜਿਆ ਰਿਹਾ ਵਾਂ ਤੇ ਜੋ ਇਹ ਪ੍ਰਾਵ ਲੋਕ ਕਾਂਗਰਸ ਹੈਗੀ ਆ ਇਹਦਾ ਅਲਾਈਅੰਸ ਜਿਹੜਾ ਸਾਡੇ ਦੇਸ਼ ਦੀ ਸਭ ਤੋਂ ਵੱਡੀ ਬੀਜੇਪੀ ਦੇ ਨਾਲ ਹੈਗਾ ਤਾਂ ਬੀਜੇਪੀ ਜਿਹੜੀ ਸਾਡੀ ਸੈਂਟਰ ਚ ਦੂਜੀ ਟਰਮ ਦੀ ਜੋ ਜਿਹੜੀ ਸਰਕਾਰ ਚਲਾ ਰਹੀ ਆ ਜਿਵੇਂ ਕੈਪਟਨ ਦੀ ਸਰਕਾਰ ਦੇ ਉੱਪਰ ਲੱਗਦੇ ਰਿਹਾ ਜਿਹੜੇ ਉਹਨਾਂ ਨੇ ਵਾਦੇ ਕੀਤੇ ਸੀ ਪੂਰੇ ਨਹੀਂ ਕੀਤੇਗੇ ਤੁਹਾਨੂੰ ਕੀ ਲੱਗਦਾ ਕਿ ਕੀ ਕਮੀਆਂ ਸੀਗੀ ਜੋ ਵੀ ਇਹਨਾਂ ਨੂੰ ਅਸੀਂ ਜਦੋਂ ਵੀ ਕੰਮ ਲਈ ਜਾਂਦੇ ਆ ਇਹਨਾਂ ਕੋਲ ਤਾਂ ਪ੍ਰੋਪਰ ਇਹਨਾਂ ਨੇ ਫੋਨ ਚੱਕਣਾ ਉਹਦੇ ਬੈਕ ਕਾਲ ਵੀ ਕਰਦੇ ਆ ਫੋਨ ਤੇ ਕੰਮ ਵੀ ਕਰਾਉਂਦੇ ਆ ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਅੱਜ ਅਸੀਂ ਖੜੇ ਆ ਹਰਕਾ ਨਿਆਰ ਸਿੰਘ ਵਾਲਾ ਦੇ ਪਿੰਡ ਡਾਲਾ ਦੇ ਵਿੱਚ ਜਿੱਥੇ ਕਿ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਅੱਜ 22 ਟਿਕਟਾਂ ਦਾ ਐਲਾਨ ਕੀਤਾ ਗਿਆ ਜਿਸ ਵਿੱਚ 22 ਟਿਕਟਾਂ ਦੇ ਵਿੱਚ ਸਰਦਾਰ ਮੁਖਤਿਆਰ ਸਿੰਘ ਜੀ ਨੇ ਉਹਨਾਂ ਦਾ ਨਾਮ ਦਿੱਤਾ ਤੇ ਉਹਨਾਂ ਨੂੰ ਆਪਦੀ ਪਾਰਟੀ ਵਿੱਚ ਸ਼ਾਮਲ ਕਰਕੇ ਉਹਨਾਂ ਟਿਕਟ ਦਿੱਤੀ ਅੱਜ ਪਿੰਡ ਦੇ ਵਿੱਚ ਉਹਨਾਂ ਦਾ ਸਵਾਗਤ ਕੀਤਾ ਗਿਆ ਹਾਰ ਪਾਏ ਗਏ ਲੱਡੂ ਵੰਡੇ ਗਏ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਕੀ ਮੁੱਦੇ ਲੈ ਕੇ ਇਹ ਰਾਜਨੀਤੀ ਵਿੱਚ ਆਏ ਹੈ ਤੇ ਅੱਗੇ ਕੀ ਕਰਨਗੇ ਜੀ ਕੀ ਨਾ ਬਈ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਪਹਿਲਾਂ ਤੁਹਾਡਾ ਹੀ ਬਹੁਤ ਮਿਹਰਬਾਨੀ ਥੈਂਕ ਯੂ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਮੈਨੂੰ ਪੰਜਾਬ ਲੋਕ ਕਾਂਗਰਸ ਤੋਂ ਟਿਕਟ ਮਿਲੀ ਆ ਮੈਂ ਇਹਦੇ ਨਾਲ ਹੀ ਹਾਈ ਕਮਾਂਡ ਦਾ ਵੀ ਬਹੁਤ ਸ਼ੁਕਰਗੁਜ਼ਾਰ ਆ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ ਤੇ ਮੈਂ ਉਹਨਾਂ ਵਾਤੇ ਹਮੇਸ਼ਾ ਰਣੀ ਆ ਇਹਦੇ ਨਾਲ ਦੀ ਨਾਲ ਹੀ ਮੈਂ ਹਲਕੇ ਦੇ ਲੋਕਾਂ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਬਹੁਤ ਮਾਣ ਸਤਿਕਾਰ ਤੇ ਪਿਆਰ ਦਿੱਤਾ ਮੈਂ ਹਲਕੇ ਦੇ ਲੋਕ ਲੋਕਾਂ ਲਈ ਕੰਮ ਲਈ ਹਮੇਸ਼ਾ ਹੀ ਆਪਣੇ ਆਪ ਨੂੰ ਡਿਵੋਟ ਕਰੂੰਗਾ ਹਲਕੇ ਦੇ ਲੋਕਾਂ ਦੇ ਵਿੱਚ ਹੀ ਟਾਈਮ ਗੁਜ਼ਾਰੂੰਗਾ ਜੋ ਵੀ ਮੈਨੂੰ ਮੈਂ ਕਿਉਂਕਿ ਮੇਰਾ ਆਲਰੇਡੀ ਤਜਰਬਾ ਹੈਗਾ ਮੈਂ ਹਲਕੇ ਦੇ ਵਿੱਚ ਲੰਮਾ ਸਮਾਂ ਰਹਿ ਲਿਆ 1.5 ਤੋਂ 2 ਸਾਲ ਦੇ ਕਰੀਬ ਤੇ ਲਗਾਤਾਰ ਮੈਂ ਜਿਵੇਂ ਡਿਊਟੀ ਕਰਦਾ ਇਸ ਤਰ੍ਹਾਂ ਹੀ ਮੈਂ ਹਲਕੇ ਦੇ ਵਿੱਚ ਜਾਣਾ ਵਾਂ ਮੈਨੂੰ ਜਦੋਂ ਵੀ ਕੋਈ ਫੋਨ ਆਉਂਦਾ ਮੈਂ ਉਹਨਾਂ ਦੇ ਫੋਨ ਅਟੈਂਡ ਕਰਦਾ ਅਟੈਂਡ ਕਰ ਤੋਂ ਬਾਅਦ ਜੋ ਵੀ ਕਿਸੇ ਦੀ ਸਮੱਸਿਆ ਹੁੰਦੀ ਕੋਈ ਪ੍ਰੋਬਲਮ ਹੁੰਦੀ ਆ ਕਿਉਂਕਿ ਸਾਡੇ ਦਿਹਾਤੀ ਏਰੀਆ ਵਾ ਲੋਕ ਜਿਆਦਾ ਅਨਪੜ੍ਹ ਲੋਕ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਤੇ ਮੈਂ ਆਪਣਾ ਦਫ਼ਤਰ ਵੀ ਪਹਿਲਾਂ ਨਿਹਾਲ ਸਿੰਘ ਵਾਲਾ ਬਣਾਇਆ ਸੀ ਉੱਥੇ ਬਕਾਇਦਾ ਤੌਰ ਤੇ ਮੇਰੇ ਸਾਥੀ ਬੈਠਦੇ ਸੀਗੇ ਅਸੀਂ ਸਾਰਿਆਂ ਨੂੰ ਕੋਈ ਰਾਸ਼ਨ ਕਾਰਡ ਹੋ ਗਿਆ ਜਾਂ ਕਿਸੇ ਹੋਰ ਦਫ਼ਤਰ ਦਾ ਕੰਮ ਆ ਉਹ ਅਸੀਂ ਕਰਦੇ ਸੀ ਉਹਦੇ ਕੰਮਾਂ ਦੇ ਨਾਲ ਦੀ ਨਾਲ ਉਹ ਤਾਂ ਕੰਮ ਕਰਨੇ ਆ ਲੋਕਲ ਕੰਮ ਆ ਛੋਟੇ ਕੰਮ ਆ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਲੈਵਲ ਦੇ ਆ ਉਹ ਮੈਂ ਕਰਨੇ ਆ ਉਸ ਤੋਂ ਜਿਆਦਾ ਵੱਡਾ ਕੋ ਮੈਂ ਚਾਹੁੰਦਾ ਕਿ ਜੋ ਸਿਹਤ ਸਵਮਾਤੇ ਸਾਡੀਆਂ ਐਜੂਕੇਸ਼ਨ ਦਾ ਥੋੜਾ ਹੋਰ ਸੁਧਾਰ ਕਰਨ ਦੀ ਲੋੜ ਆ ਤੇ ਖਾਸ ਕਰਕੇ ਇੰਡਸਟਰੀ ਇਸ ਹਲਕੇ ਦੇ ਵਿੱਚ ਹੈ ਹੀ ਨਹੀਂ ਜਿਹਦੇ ਕਰਕੇ ਪਛੜਿਆ ਇਲਾਕਾ ਜਾਨ ਨੇ ਹਾਲਸੰਗ ਵਾਲੇ ਨੂੰ ਕਿਹਾ ਗਿਆ ਤੋਂ ਮੇਰੇ ਇਹ ਦਿਲ ਦਿਮਾਗ ਦੇ ਵਿੱਚ ਕੁਝ ਕੁਝ ਕਰਨ ਕਰਨ ਗੁਜਰਨ ਦੀ ਜਿਹੜੀ ਮੇਰੀ ਮੇਰੇ ਦਿਮਾਗ ਦੇ ਵਿੱਚ ਹੈ ਕਿ ਮੈਂ ਇਹ ਜਿਹੜਾ ਪਛੜਿਆ ਲੱਭ ਜਾ ਉਹ ਹਟਾਉਣਾ ਤਾਂ ਕਿ ਮੈਂ ਲੋਕਾਂ ਦੇ ਨਾਲ ਜਿੱਥੋਂ ਤੱਕ ਜੋ ਜੋ ਵੀ ਕੋ ਮੈਂ ਕਰ ਸਕਦਾ ਉਹ ਮੈਂ ਕਰਨਾ ਤੁਸੀਂ ਕਾਂਗਰਸ ਪਾਰਟੀ ਨੇ ਇੰਨਾ ਕੰਮ ਕੀਤਾ ਹੈਗਾ ਤੇ ਜੇ ਟਿਕਟ ਤੋਂ ਨਾਮਿਲ ਕਰਕੇ ਤੁਸੀਂ ਇੱਧਰ ਜੁੜੇ ਹੋ ਤੇ ਜਿਹੜੇ ਉਹਨਾਂ ਨਾਲ ਜੁੜੇ ਸੀ ਕੀ ਉਹ ਤੁਹਾਡੇ ਨਾਲ ਸੇਵਾ ਵਰਕਰ ਤੁਹਾਡੇ ਨਾਲ ਵੀ ਜਾ ਰਹੇ ਨੇ ਬੇਸਿਕਲੀ ਕੈਪਟਨ ਸਰਦਾਰ ਅਮਰਿੰਦਰ ਸਿੰਘ ਜੀ ਸਾਡੇ 3 ਮਿਨਿਸਟਰ ਰਹੇ ਨੇ ਮੈਂ ਉਹ ਤੋਂ ਲਗਾਤਾਰ ਹੀ ਉਹਨਾਂ ਨਾਲ ਅਜੇ ਨੌਕਰੀ ਤੋਂ ਵੀ ਜੁੜਿਆ ਰਿਹਾ ਹਾਂ ਮੇਰੀਆਂ ਚੰਗੀਆਂ ਪੋਸਟਾਂ ਇੰਪੋਰਟੈਂਟ ਪੋਸਟਾਂ ਰਹੀਆਂ ਨੇ ਤੇ ਮੈਂ ਉਹਨਾਂ ਦੇ ਨਾਲ ਸੀ ਮੈਨੂੰ ਉਹਨਾਂ ਨੇ ਵਾਅਦਾ ਕੀਤਾ ਸੀ ਉਹਨਾਂ ਨੇ ਮੈਨੂੰ ਟਿਕਟ ਦੇਣੀ ਸੀ ਪਰ ਕਿਉਂਕਿ ਕਿਸੇ ਦਿੱਕਤ ਕਾਰਨ ਕਰਕੇ ਜਿਹੜਾ ਉਹ ਸਾਡੇ 3 ਮਿਨਿਸਟਰ ਬਦਲ ਗਏ ਤਾਂ ਉਹਨਾਂ ਦੇ ਨਾਲ ਵੀ ਮੈਂ ਲਗਾਤਾਰ ਕੰਮ ਕੀਤਾ ਪਰ ਇਸ ਜਿਹੜੋ ਤਾਨਾਸ਼ਹੀ ਪਾਰਟੀ ਆ ਇਹਨਾਂ ਨੇ ਪਾਰਟ ਟਿਕਟ ਮੈਨੂੰ ਨਹੀਂ ਦਿੱਤੀ ਕੋਈ ਗੱਲ ਨਹੀਂ ਨਹੀਂ ਦਿੱਤੀ ਕੋਈ ਨਾ ਕਿਸੇ ਇੱਕ ਇੱਕ ਨੂੰ ਹੀ ਮਿਲਣੀ ਸੀ ਜੇ ਇੱਕ ਨੂੰ ਮਿਲ ਗਈ ਤਾਂ ਉਸ ਤੋਂ ਬਾਅਦ ਸਾਨੂੰ ਕੌਨਫੀਡੈਂਸ ਲੈਣਾ ਚਾਹੀਦਾ ਸੀ ਕਿ ਤੁਸੀਂ ਬਹੁਤ ਜ਼ਿਆਦਾ ਲੋਕਾਂ 'ਚ ਕੰਮ ਕੀਤਾ ਸਾਡੀ ਪਾਰਟੀ ਦਾ ਪ੍ਰਚਾਰ ਕੀਤਾ ਪਰ ਕਿਸੇ ਵੀ ਕਿਸੇ ਅਹੁਦੇਦਾਰ ਨੇ ਨਾ ਕਿਸੇ ਨੇ ਕਿਸੇ ਐਮਐਲਏ ਨੇ ਇੱਥੋਂ ਤੱਕ ਕਿ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਜਾਂ ਕੋਈ ਸਟੇਟ ਪ੍ਰੈਜ਼ੀਡੈਂਟ ਦਾ ਫਰਜ਼ ਬਣਦਾ ਸੀ ਉਹਨਾਂ ਨੂੰ ਕਹਿਣ ਦਾ ਕਿ ਅਸੀਂ ਜਿਹੜੇ ਕੈਂਡੀਡੇਟ ਨਹੀਂ ਦੇ ਸਕ ਸਾਨੂੰ ਬੁਲਾ ਲਿੰਦੇ ਅਸੀਂ ਜਾਣ ਨੂੰ ਤਿਆਰ ਸੀ ਅਸੀਂ ਪਾਰਟੀ ਨਾਲ ਕੰਮ ਕਰਨ ਨੂੰ ਤਿਆਰ ਸੀ ਤੇ ਫਿਰ ਮੈਂ ਮਹਿਸੂਸ ਕੀਤਾ ਕਿ ਜਿਸ ਪਾਰਟੀ ਵਿੱਚ ਰਿਸਪੈਕਟ ਨਹੀਂ ਰਿਗਾਰਡ ਨਹੀਂ ਹੈਗਾ ਉੱਥੇ ਕੋਈ ਫਾਇਦਾ ਨਹੀਂ ਹੈਗਾ ਇਸ ਕਰਕੇ ਮੈਨੂੰ ਸਤਕਾਰਯੋਗ ਸਾਡੇ ਮਹਾਰਾਜਾ ਸਾਹਮਣੇ ਬੁਲਾਇਆ ਤੇ ਬੁਲਾ ਕੇ ਮੈਨੂੰ ਟਿਕਟ ਦਿੱਤੀ ਮੈਂ ਉਹਨਾਂ ਦਾ ਹਮੇਸ਼ਾ ਰਣੀ ਰਹੂੰਗਾ ਤੇ ਜੋ ਇਹ ਪ੍ਰਭ ਲੋਕ ਕਾਂਗਰਸ ਹੈਗੀ ਆ ਇਹਦਾ ਅਲਾਈਅንስ ਜਿਹੜਾ ਸਾਡੇ ਦੇਸ਼ ਦੀ ਸਭ ਤੋਂ ਵੱਡੀ ਬੀਜੇਪੀ ਦੇ ਨਾਲ ਹੈਗਾ ਜੋ ਬੀਜੇਪੀ ਜਿਹੜੀ ਸਾਡੀ ਸੈਂਟਰ ਚ ਦੂਜੀ ਟਰਮ ਦੀ ਜਿਹੜੀ ਸਰਕਾਰ ਚਲਾ ਰਹੀ ਆ ਉਸ ਤੋਂ ਨੈਕਸਟ ਵੀ ਸਾਨੂੰ ਪੂਰੀ ਆਸ ਹੈ ਕਿ ਉਹ ਲਗਾਤਾਰ ਇਸ ਤਰ੍ਹਾਂ ਹੀ بلندੀਆਂ ਤੇ ਰਹੂਗੀ ਇਹਨਾਂ ਦੇ ਨਾਲ ਸ਼ਰੋਮਣ ਅਕਾਲੀ ਦਲ ਯੂਨਾਈਟਿਡ ਆ ਅ ਜਿਮਾਨ ਜੋ ਸਾਡੇ ਸਰਦਾਰ ਸਰਦੇਵ ਸਿੰਘ ਢੀਂਤਸਾ ਜੀ ਜੋ ਉਹਨਾਂ ਦੇ ਮੁਖੀ ਨੇ ਉਸ ਪਾਰਟੀ ਦੇ ਤੇ ਸਾਡਾ ਇਹ ਤਿੰਨਾਂ ਪਾਰਟੀਆਂ ਦਾ ਅਲਾਈਅੰਸ ਆ ਮੈਂ ਤਿੰਨਾਂ ਪਾਰਟੀਆਂ ਦਾ ਇੱਕ ਸਾਂਝਾ ਉਮੀਦਵਾਰ ਜਿਹੜਾ ਹਲਕਾ ਨਿਹਾਲਸਨ ਵਾਲੇ ਤੋਂ ਮੈਨੂੰ ਚੁਣਿਆ ਵਾ ਤੇ ਮੈਂ ਇਹ ਪਾਰਟੀਆਂ ਨੂੰ ਹਮੇਸ਼ਾ ਹੀ ਇਹਨਾਂ ਦਾ ਮਤਲਬ ਜੋ ਪੋਜ਼ਿਟਿਵਿਟੀ ਆ ਮੈਂ ਰੱਖੂੰਗਾ ਤੇ ਮੈਨੂੰ ਇਹਨਾਂ ਦਾ ਜੋ ਬਣਦਾ ਮਾਨ ਸਰਕਾਰ ਉਹਨਾਂ ਨੇ ਮੈਨੂੰ ਦਿੱਤਾ ਤੇ ਮੈਂ ਉਹਨਾਂ ਦਾ ਮੁੱਲ ਪਾਉਂਗਾ ਜਿਵੇਂ ਕੈਪਟਨ ਦੀ ਸਰਕਾਰ ਦੇ ਉੱਪਰ ਲੱਗਦੇ ਰਹੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇਗੇ ਤੁਹਾਨੂੰ ਕੀ ਲੱਗਦਾ ਕੀ ਕਮੀਆਂ ਸੀਗੀ ਜੇ ਦੇਖੋ ਤੁਸੀਂ ਹਾਲੇ ਨੈੱਟ ਦੇ ਉੱਤੇ ਪਿਆ ਵਾ 17 ਦੇ ਵਿੱਚ ਸਰਕਾਰ ਬਣੀ 19 ਦੇ ਵਿੱਚ ਹੀ ਇਹਨਾਂ ਨੇ 60-70% ਤੇ ਉਦੋਂ ਹੀ ਵਾਅਦੇ ਪੂਰੇ ਕਰ ਲਏ ਮੇਰੇ ਕੋਲ ਰਿਕਾਰਡ ਆ ਜੇ ਕਿਸੇ ਨੇ ਮੇਰੇ ਨਾਲ ਡਿਬੇਟ ਕਰਨੀ ਬੇਸ਼ੱਕ ਡਿਬੇਟ ਕਰ ਸਕਦਾ ਲਿਖਤੀ ਤੌਰ ਤੇ ਇਹਨਾਂ ਨੇ ਪੂਰੇ ਕਰ ਲਏ ਸੀ ਤੇ ਕਾਫੀ ਹੱਦ ਤੱਕ ਪੂਰੇ ਕਰ ਲਏ ਜਿਹੜੇ ਹੁਣ ਲੋਕਲ ਛੋਟੇ ਮਾਈਨਰ ਹੈਗੇ ਜਿਹੜੇ ਇਹਨਾਂ ਨੇ ਕੀਤੇ ਹਾਲੇ ਵੀ ਪੈਂਡਿੰਗ ਬਹੁਤ ਪਏ ਨੇ ਜੀ ਨਸ਼ੇ ਨੂੰ ਲੈ ਕੇ ਗਈ ਤੇ ਨਸ਼ਾ ਅੱਜ ਰੇਟ ਚ ਵਿਕ ਰਿਹਾ ਨਸ਼ਾ ਵਿਭਾਗ ਨੇ ਕਹ ਅਸੀਂ ਖਤਮ ਕੀਤਾ ਹੋ ਗਿਆ ਨਸ਼ੇ ਦੇ ਦੇਖੋ ਨਸ਼ੇ ਦੇ ਕਿੰਨੇ ਵੱਡੇ ਸਮਗਲਰਾਂ ਨੂੰ ਫੜਿਆ ਕੈਪਟਨ ਸਾਹਿਬ ਨੇ ਤੁਸੀਂ ਰਿਕਾਰਡ ਫੜੋ ਲੋ ਮੇਰੇ ਕੋਲ ਲਿਖਤੀ ਰਿਕਾਰਡ ਵੀ ਹੈਗਾ ਹੁਣ ਮੈਂ ਇਸ ਵੇਲੇ ਕਿਉਂਕਿ ਮੈਂ ਜਲਦੀ ਜਾ ਮੇਰੇ ਕੋਲ ਐਸੋ ਮੇਰੇ ਕੋਲ ਰਿਕਾਰਡ ਨਹੀਂ ਹੈਗਾ ਮੈਂ ਤੁਹਾਨੂੰ ਰਿਕਾਰਡ ਵੀ ਦੇ ਦੂੰਗਾ ਕਿੰਨੇ ਵੱਡੇ ਨਸ਼ੇ ਦੇ ਸਮਗਲਰ ਫੜੇ ਆ ਨਸ਼ਿਆਂ ਦਾ ਬਹੁਤ ਅੰਤ ਕੀਤਾ ਪਰ ਥੋੜੇ ਥੋੜੇ ਚੀਜ਼ਾਂ ਜਿਉ ਜੋ ਇਨਸਾਨ ਇਹ ਦੁਨੀਆ ਦੇ ਵਿੱਚ ਵਿਚਰਦਾ ਉਹਦੇ ਨਾਲ ਥੋੜਾ ਕ੍ਰਾਈਮ ਵੀ ਰਹਿੰਦਾ ਛੋਟ ਮੋਟੇ ਨਸ਼ੇ ਤੇ ਰਹਿੰਦੇ ਆ ਪਰ ਜ਼ਿਆਦਾਤਰ ਜਿਹ ਭੰਡੀ ਪ੍ਰਚਾਰ ਤੇ ਕੋਡ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਮੈਂ ਉਹਦੇ ਨਾਲ ਐਗਰੀ ਨਹੀਂ ਹੈਗਾ ਮੈਂ ਅਜੇ ਪੁਲਿਸ ਅਫਸਰ ਵੀ ਰਿਆਂ ਮੇਰਾ ਰਿਕਾਰਡ ਕੋ ਚੈੱਕ ਕਰ ਸਕਦਾ ਕਿ ਮੈਂ ਕਿੰਨੀ ਫੈਰਾਂ ਦੇ 29 ਕਿਲੋ ਦੇ ਕਰੀਬ ਹੈ 2 ਸਾਲ ਐ ਜੀਐਸਪੀ ਇਨਵੈਸਟੀਗੇਸ਼ਨ ਰਿਆਂ ਫਰਾ જિલ્ਕਾ 2 ਸਾਲ ਮੈਂ ਦੇ ਵਿੱਚ ਮੈਂ ਇਥੋਂ ਕਾਫੀ ਰਿਕਵਰੀਆਂ ਕੀਤੀਆਂ ਤੇ ਇਸ ਤਰ੍ਹਾਂ ਸਾਰੇ ਪੁਲਿਸ ਅਫਸਰ ਲੱਗੇ ਆ ਕਾਫੀ ਰਿਕਵਰੀਆਂ ਹੋਈਆਂ ਨੇ ਇਹਦਾ ਕੋਈ ਨਹੀਂ ਹੈਗਾ ਜਾਣਬੁੱਝ ਕੇ ਪੋਲਿਟਿਕਲ ਕੋਰਟ ਤੇ ਝੂਠ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਜਿਉਂ ਕਿ ਤੁਹਾਡੇ ਹੁਣ ਉਥੇ ਕਾਂਗਰਸ ਪਾਰਟੀ ਐ ਆਮ ਆਦੀ ਪਾਰਟੀ ਦੇ ਵਿਧਾਇਕ ਹੈ ਤੁਹਾਡਾ ਮੁਕਾਬਲਾ ਕਿਸ ਤਰ੍ਹਾਂ ਦਾ ਰੱਖਦੇ ਹੋ ਦੇਖੋ ਹਲੇ ਸਮੀਕਰਨ ਬਦਲਨੇ ਕਿਦਾਂ ਸਮਾਂ ਹੌਲੀ ਸਮੇਂ-ਸਮੇਂ ਤੇ ਦੱਸੀ ਜਾਵਾਂਗੇ ਤੁਹਾਨੂੰ ਕਿਹੜਾ ਜ਼ਿਆਦਾ ਵਰਕ ਕਰ ਰਿਹਾ ਤੇ ਜਿਹੜਾ ਵੀ ਜ਼ਿਆਦਾ ਵਰਕ ਹੋ ਰਿਹਾ ਮੈਂ ਤਾਂ ਆਲਰੇਡੀ ਕੀਤਾ ਹੀ ਆ ਮੇਰਾ ਮੋਦੇ ਨਹੀਂ ਮੁਕਾਬਲਾ ਹੋਗਾ ਇਹਨਾਂ ਦਾ ਕਹਿਣਾ ਹੈ ਕੈਪਟਨ ਸਾਹਿਬ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਬਿਲੇ 2 ਸਾਲਾਂ ਦੇ ਵਿੱਚ 60% ਤੋਂ ਉੱਪਰ ਜਿਹੜੇ ਵਾਅਦੇ ਆਪਦੇ ਕਵਰ ਕਰ ਲਏ ਗਏ ਸੀਗੇ ਪਰੰਤੂ ਜੋ ਵੀ ਹੈ ਅੱਗੇ ਉਹਨਾਂ ਟਾਈਮ ਦੇ ਵਿੱਚ ਇਹਨਾਂ ਦੇ ਜਿਹੜੇ ਵਾਅਦੇ ਹੈ ਉਹ ਪੂਰੇ ਕਰਨਗੇ ਅੱਜ ਬਾਈ ਜੀ ਨੂੰ ਮੁਖਤਿਆਰ ਸਿੰਘ ਜੀ ਨੂੰ ਟਿਕਟ ਮਿਲੀ ਹੈ ਇਹਦੇ ਬਾਰੇ ਤੁਸੀਂ ਜਾਣਕਾਰੀ ਬਹੁਤ ਵਧੀਆ ਕੀਤੀ ਟਰੈਕਟਰ ਦੇਤੀ ਇਹਨਾਂ ਨੂੰ ਬਹੁਤ ਵਧੀਆ ਕੰਮ ਕਰਦੇ ਆ ਪਹਿਲਾਂ ਤੋਂ ਸ਼ੁਰੂ ਤੋਂ ਹੀ ਤੇ ਜੋ ਵੀ ਇਹਨਾਂ ਨੂੰ ਅਸੀਂ ਜਦੋਂ ਵੀ ਕੰਮ ਲਈ ਜਾਂਦੇ ਆ ਇਹਨਾਂ ਕੋਲ ਤਾਂ ਪ੍ਰੋਪਰ ਇਹਨਾਂ ਨੇ ਫੋਨ ਚੱਕਣਾ ਉਹਦੇ ਬੈਕ ਕਾਲ ਵੀ ਕਰਦੇ ਆ ਫੋਨ ਤੇ ਕੰਮ ਵੀ ਕਰਾਉਂਦੇ ਆ ਤੇ ਹਲਕੇ ਲਈ ਵੀ ਬਹੁਤ ਵਧੀਆ ਕੰਮ ਕਰਨਗੇ ਅੱਗੇ ਤੋਂ ਹੀ ਇਹ ਜਦੋਂ ਤੋਂ ਜਿੱਤ ਗਈ ਜਦੋਂ ਇਹ ਤੇ ਤੁਸੀਂ ਤੁਸੀਂ ਕਿਹੜੀ ਪਾਰਟੀ ਨਾਲ ਪਹਿਲਾਂ ਜੁੜੇ ਸੀ ਕਾਂਗਰਸ ਨਾਲ ਤੇ ਅੱਜ ਤੁਸੀਂ ਇਹਨਾਂ ਨਾਲ ਆਏ ਹੋ ਕੀ ਕਾਰਨ ਸੋਚ ਕੇ ਕੀ ਸੋਚ ਕੇ ਆ ਵੀ ਇਹ ਕੰਮ ਵਧੀਆ ਕਰਦੇ ਸੀ ਜਾਂ ਕਾਂਗਰਸ ਪਾਰਟੀ ਨੇ ਜੋ ਇਹਨਾਂ ਨਾਲ ਕੀਤਾ ਕਿਵੇਂ ਕੀਤਾ ਠੀਕ ਨਹੀਂ ਕੀਤਾ ਜੀ ਇਹਨਾਂ ਨੇ 2 ਸਾਲ ਬਹੁਤ ਮਿਹਨਤ ਕੀਤੀ ਹੈ ਜੀ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਟਿਕਟ ਮਿਲਣੀ ਚਾਹੀਦੀ ਆ ਬੇਇਨਸਾਫੀ ਕੀਤੀ ਆ ਪੂਰੀ ਹਨ ਹਨ ਤਾਨੇਸ਼ਹੀ ਹੈ ਜੀ ਕਹੀ ਦੀ ਜੀ ਤੁਹਾਨੂੰ ਇਸ ਇਹਨਾਂ ਦੇ ਕੰਮ ਕਿਵੇਂ ਲੱਗੇ ਪਹਿਲਾਂ ਜੀ ਬਹੁਤ ਵਧੀਆ ਕੰਮ ਕੀਤੇ ਜੀ ਇਹਨਾਂ ਨੇ ਗਰੀਬ ਦੇ ਹੱਕ ਲਈ ਬਹੁਤ ਵਧੀਆ ਖੜੇ ਆ ਜੀ ਇਹੇ ਕੋਈ ਵੀ ਕੰਮ ਕੋਈ ਬੰਦਾ ਚਲੇ ਜਾਵੇ ਕੋਈ ਕੰਮ ਇਹਨਾਂ ਨੇ ਪੂਰਾ ਸਾਥ ਦਿੱਤਾ ਜੀ ਤੁਸੀਂ ਹੁਣ ਕਿੰਨੇ ਵਰਕਰ ਇਹਨਾਂ ਨਾਲ ਆਏ ਹੋ ਅਸੀਂ 40 ਤੋਂ 50 ਯਾਨੀ 40 ਤੋਂ 50 ਬੰਦੇ ਹੈਗੇ ਕਿਹਨਾ ਬਾਈ ਜੀ ਆਪਣੇ ਮੇਰਾ ਨਾਮ ਗਰਮੀਲ ਸਿੰਘ ਆ ਜੀ ਬਾਈ ਮੁਖਤਿਆਰ ਸਿੰਘ ਜੀ ਨੂੰ ਹਲਕਾ ਨਿਹਤ ਸਿੰਘ ਵਾਲਾ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਇਹਨਾਂ ਨੇ ਟਿਕਟ ਦਿੱਤੀ ਗਈ ਹੈ ਕੈਪਟਨ ਸਾਹਿਬ ਵੱਲੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਪਹਿਲਾਂ ਕਾਂਗਰਸ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਲ 1.5 ਸਾਲ ਕੰਮ ਕੀਤਾ ਤੇ ਪਰ ਕਾਂਗਰਸ ਪਾਰਟੀ ਦੀ ਇੱਕ ਇਤਰਾਸ ਦੀ ਰਹੀ ਆ ਕਿ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਦੂਜੀਆਂ ਪਾਰਟੀਆਂ ਨੂੰ ਲਿਆ ਕੇ ਸਾਡੇ ਹਲਕੇ ਦੇ ਵਿੱਚ ਸਾਡੇ ਉੱਤੇ ਥੋਪਿਆ ਜਾਂਦਾ ਉਮੀਦਵਾਰ ਲਿਆ ਕੇ ਤੇ ਪਹਿਲਾਂ ਇਹਨਾਂ ਨੇ ਅ ਜੀਤ ਸਿੰਘ ਸ਼ਾਂਤ ਸੀ ਉਹਨਾਂ ਨੂੰ ਲਿਆ ਕੇ ਸਾਡੇ ਤੇ ਥੋਪਿਆ ਗਿਆ ਉਦੋਂ ਬਾਅਦ ਬੀਬੀ ਰਾਜਵਿੰਦਰ ਕੌਰ ਭਾਗੀ ਕੇ ਉਹਨਾਂ ਨੂੰ ਸਾਡੇ ਤੇ ਕਾਲੀਦਲ ਵਿੱਚੋਂ ਆ ਕੇ ਤੇ ਸਾਡੇ ਤੇ ਥੋਪਿਆ ਗਿਆ ਹੁਣ ਫਿਰ ਸਾਡੇ ਨਾਲ ਇਹਨਾਂ ਨੇ ਇਹੀ ਧੱਕਾ ਕੀਤਾ ਕਾਂਗਰਸ ਨੇ ਤਾਨਾ ਸ਼ਹੀ ਰਾਜ ਆ ਤੇ ਲਿਆ ਕੇ ਜਿਹੜੇ ਬੰਦੇ ਕੰਮ ਕਰਦੇ ਸੀਗੇ 5 ਸਾਲ ਕੰਮ ਕੀਤਾ ਜਾਂ 2 ਸਾਲ ਕੀਤਾ 3 ਸਾਲ ਕੀਤਾ ਉਹਨਾਂ ਨੂੰ ਅਣਗੌਲਿਆ ਕਰਕੇ ਤੇ ਉਹਨਾਂ ਨੂੰ ਟਰੈਕਟਰ ਦਿੱਤੀ ਗਈ ਤੇ ਅਸੀਂ ਇਹ ਸਰਦਾਰ ਮਖਤਿਆਰ ਸਿੰਘ ਜੀ ਐਸਪੀ ਰਿਟਾਇਰਡ ਇਹਨਾਂ ਦੇ ਕੰਮਾਂ ਤੋਂ ਹਲਕ ਮੈਂ ਕੱਲਾ ਨਹੀਂ ਹਲਕਾ ਸਾਰਾ ਹੀ ਪ੍ਰਭਾਵਿਤ ਹੋਇਆ ਇਹ ਦੁੱਖ ਸੁੱਖ ਦੇ ਵਿੱਚ ਹਰ ਦੇ ਜਾਂਦੇ ਆ ਕਿਸੇ ਵੀ ਕੋਈ ਅਧੀ ਰਾਤ ਫੋਨ ਕਰੇ ਤਾਂ ਵੀ ਉਸ ਵਕਤੇ ਹੀ ਜਾਂਦੇ ਆ ਬਾਕੀ ਕੰਮਕਾਰ ਤਾਂ ਇਹਨਾਂ ਦੇ ਬਹੁਤ ਜ਼ਿਆਦਾ ਵਧੀਆ ਕੰਮ ਕਰਾ ਰਹੇ ਆ ਲੋਕਾਂ ਦੇ ਕਿਸੇ ਕੋਈ ਕਿਸੇ ਵੀ ਇਹ ਅਫਸਰ ਰਹੇ ਆ ਪੰਜਾਬ ਪੁਲਿਸ ਦੇ ਵਿੱਚ ਐਸਪੀ ਰੈਂਕ ਦੇ ਤੇ ਇਹਨਾਂ ਨੇ ਕੋਈ ਇਹਨਾਂ ਵਿੱਚ ਇਹੋ ਜਿਹਾ ਐਸਪੀ ਰੈਂਕ ਵਾਲਾ ਕੋਈ ਹੈ ਨਹੀਂਗਾ ਤੇ ਵਧੀਆ ਲੋਕਾਂ ਚ ਵਿਚਰਦੇ ਆ ਵਧੀਆ ਪ੍ਰਭਾਵ ਹੈ ਇਹਨਾਂ ਦਾ ਤੇ ਕੰਮ ਕਰਾਉਣ ਦੇ ਵੀ ਤਰੀਕੇ ਵਧੀਆ ਇਹਨਾਂ ਦੇ ਪਿੰਡਾਂ ਦੇ ਵਿੱਚੋਂ ਵੀ ਇਹਨਾਂ ਦੀ ਜਿਹੜੀ ਹਕਮਤਿਆਰ ਸਿੰਘ ਬਾਰੇ ਦੱਸਿਆ ਜਾ ਰਿਹਾ ਬਹੁਤ ਵੀ ਦੇ ਕੰਮ ਕਰਾ ਰਿਹਾ ਤੁਸੀਂ ਇਹਨਾਂ ਨੂੰ ਜਿਤਾਉਣ ਵਾਸਤੇ ਕੀ ਕਰਦੇ ਆ ਅਸੀਂ ਜੇ ਅਗਰ ਦਿਨ ਰਾਤ ਇੱਕ ਕਰਦੇ ਆਂਗੇ ਜੀ ਤੇ ਜਿਹੜੇ ਦੂਜੇ ਸਾਹੋਕਾਰ ਨੂੰ ਟਿਕਟ ਦਿੱਤੀ ਗਈ ਉਹ ਤੁਹਾਨੂੰ ਕਿਹਦਾ ਜਾਇਜ਼ ਦਿੱਤੀ ਗਈ ਨਾ ਜੀ ਨਾ ਇਹਦਾ ਹਰ ਵਜh ਧੱਕਾ ਹੁੰਦਾ ਹਰ ਵਾਰੀ ਇਹ ਆਇਸੀ ਤਾਂ ਇਹ ਕਈ ਇਲੈਕਸ਼ਨ ਹੋ ਗਏ ਆ ਬਾਹਰੋਂ ਲਿਆ ਕੇ ਉਮੀਦਵਾਰ ਤੋ ਪਿਆ ਜਾਂਦਾ ਕਾਂਗਰਸੀ ਵਰਕਰ ਕਿੰਨੇ ਕੁ ਨਰਾਜ਼ ਹੈ ਜਿਹਨਾਂ ਦਾ ਕਾਂਗਰਸੀ ਪੂਰੇ ਨਰਾਜ਼ ਆ ਜੀ ਇਹਨਾਂ ਨੂੰ ਕਾਂਗਰਸੀ ਕੋਈ ਵਰਕਰ ਨਿਹਾਲ ਸਿੰਘ ਵਾਲੀ ਜਿਹਦਾ ਮਿਲਦਾ ਹੀ ਨਹੀਂਗਾ ਜੀ ਦੂਜੀਆਂ ਪਾਰਟੀਆਂ ਨੂੰ ਲਿਆ ਕੇ ਥੋਪ ਦਿੰਦੇ ਆ ਹੁਣ ਆਮ ਆਦਮੀ ਪਾਰਟੀ ਦਾ ਪਿੰਡਾਂ ਦੇ ਵਿੱਚ ਜ਼ੋਰ ਲੱਗ ਰਿਹਾ ਤੁਹਾਨੂੰ ਕੀ ਲੱਗ ਰਿਹਾ ਜੀ ਦੇਖੋ ਜੀ ਆਮ ਆਦਮੀ ਪਾਰਟੀ ਦਾ ਪਹਿਲਾਂ 28000 ਵੋਟਾਂ ਜਿੱਤੇ ਸੀਗੇ ਤੇ ਐਤਕੀ ਉਹਨਾਂ ਨੂੰ ਮੈਨੂੰ ਲੱਗਦਾ ਵੀ 10-12000 ਵੋਟ ਮੱਸਾਂ ਪਊਗੀ ਕਿਉਂ ਉਹਨਾਂ ਨੇ ਕੰਮ ਨਹੀਂ ਕੀਤੇਗੇ ਇਸੇ ਡਾਲੇਪਿੰਡ ਦੇ ਵਿੱਚ ਹੀ ਇਹਦਾ ਬਹੁਤ ਵਿਰੋਧ ਹੋਇਆ ਮਨਜੀਤ ਸਿੰਘ ਦਾ ਬਾਈ ਮਨਜੀਤ ਸਿੰਘ ਨੂੰ ਇੱਥੇ ਨਿਹਾਲ ਸਿੰਘ ਵਾਲਾ ਹਲਕੇ ਦੇ ਵਿੱਚੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਟਿਕਟ ਦਿੱਤੀ ਗਈ ਹੈ ਜੀ ਇਹਦੇ ਬਾਰੇ ਤੁਸੀਂ ਅਸੀਂ ਕੈਪਟਨ ਅਮਨਦਰ ਸਿੰਘ ਜੀ ਮહારਾਜ ਸਾਹਿਬ ਦਾ ਤੇ ਜੁਵਰਾਜ ਰੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇੱਕ ਲੰਮੀ ਦੂਰਅੰਦੇਸੀ ਸੋਚ ਨੂੰ ਅਪਣਾਉਂਦਿਆਂ ਹੋਇਆਂ ਇੱਕ ਗਜ਼ਟਡ ਅਫਸਰ ਨੂੰ ਜਿਹੜਾ ਹੈਗਾ ਸਾਨੂੰ ਇੱਥੇ ਹਲਕਾ ਨਿਹਾਲ ਸਿੰਘ ਵਾਲੇ ਦੇ ਵਿੱਚ ਕੈਂਡੀਡੇਟ ਦਿੰਦਾ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਵੇਂ ਕਰ ਰਹੇ ਮੁਕਾਬਲੇ ਚੱਲ ਰਹੇ ਆ ਆਪ ਪਾਰਟੀ ਪਿਛਲੀ ਵਾਰੀ ਇੱਥੇ ਜਿੱਤੀ ਸੀ ਮੌਜੂਦਾ ਵਜ਼ਾਇਕ ਸੀਗੇ ਤੇ ਉਸ ਤੋਂ ਬਾਅਦ ਹੁਣ ਕਾਂਗਰਸ ਦੇ ਵਿੱਚ ਸਾਹੋਕੇ ਆਏ ਆਏ ਹੈਗੇ ਆ ਤੁਹਾਨੂੰ ਕੀ ਲੱਗਦਾ ਹੈਗੀ ਦੇਖੋ ਜੀ ਜਨਤਾ ਜਵਾਬ ਦੇਊਗੀ ਕਰਪਟ ਬੰਦਿਆਂ ਨੂੰ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਮਨਜੀਤ ਸਿੰਘ ਨੇ ਇਸ ਸਾਲ ਕਿ ਲਈ ਕੀ ਕੀਤਾ ਤੇ ਸਾਹੋਕੇ ਨੇ ਕੀ ਕੀਤਾ ਕਰਪਟ ਬੰਦਾ ਜੀ ਇਹਦਾ ਜਨਤਾ ਆਉਣ ਵਾਲੀ ਜਿਹੜੀ ਹੈਗੀ ਆ 20 ਤਰੀਕਾ ਉਦੋਂ ਜਵਾਬ ਮਿਲ ਜੂਗਾ ਜਨਤਾ ਨੂੰ ਕਾਂਗਰਸ ਪਾਰਟੀ ਦੇ ਕਾਫੀ ਵਰਕਰ ਨਾਰਾਜ਼ ਆ ਜਿਹੜੇ ਇਸ ਵੇਲੇ ਜਿਹੜੇ ਕਿ ਟਿਕਟ ਸਾਹੋ ਕੇ ਨਹੀਂ ਮਿਲੀ ਪਿੰਡ 달ਾ ਦੇ ਵਿੱਚ ਵੀ ਦੇਖਿਆ ਗਿਆ ਕਿ ਮਨਜੀਤ ਸਿੰਘ ਮਾਨ ਉਹਦਾ ਮਨਜੀਤ ਸਿੰਘ ਦਾ ਵੀ ਵਿਰੋਧ ਕੀਤਾ ਗਿਆ ਤੇ ਕਾਂਗਰਸ ਪਾਰਟੀ ਦੇ ਵਰਕਰ ਵੀ ਜਿਹੜੇ ਹੈਗੇ ਮਨਜੀਤ ਇਹਨਾਂ ਨਾਲ ਭਗਤਿਆ ਸਿੰਘ ਨਾਲ ਬਾਈ ਨਾਲ ਜੁੜੇ ਹਨ ਤੁਸੀਂ ਕਿੰਨੇ ਦੇ ਬਾਰੇ ਲਗਾਤਾਰ ਪੰਚ ਸਰਪੰਚ ਸਾਡੇ ਟੱਚ 'ਚ ਆ ਜੀ ਜਿਹੜੇ ਕਿ ਇਸ ਗੱਲ ਤੋਂ ਨਾਰਾਜ਼ ਆ ਇਸ ਹਾਲਕੇ ਨੂੰ ਹਰ ਵਾਰੀ ਇਹਨ ਗੌਲਿਆ ਕੀਤਾ ਜਾਂਦਾ ਹੈ ਇੱਥੇ ਕੋਈ ਕੈਂਡੀਡੇਟ ਹੀ ਨਹੀਂ ਕਾਂਗਰਸ ਦਾ ਉਹ ਮਜ਼ਬੂਤ ਕਾਂਗਰਸ ਦੇ ਰਹੀ ਹੈ ਹਰ ਵਾਰ ਅਕਾਲੀ ਦਲ ਦਾ ਕੈਂਡੀਡੇਟ ਲਿਆ ਕੇ ਇੱਥੇ ਜਿਹੜਾ ਹੈਗਾ ਕਾਂਗਰਸੀ ਵਰਕਰਾਂ ਦੇ ਉੱਤੇ ਬਿਠਾਇਆ ਜਾਂਦਾ ਤੇ ਉਹ ਅਕਾਲੀ ਦਲ ਦੇ ਹੀ ਬੰਦਿਆਂ ਨੂੰ ਅੱਗੇ ਲਿਆਉਂਦਾ ਵਾ ਕਾਂਗਰਸੀ ਵਰਕਰ ਤਾਂ ਨਾਰਾਜ਼ ਹੈ ਜੀ ਇੱਥੇ